ਮਿੱਤਰੋ ਕਿੱਦਾਂ ਹਾਲ ਚਾਲ ਉਮੀਦ ਕਰਦਾ ਸਾਰੇ ਬਹੁਤ ਵਧੀਆ ਹੋਵੋਗੇ ਅਤੇ ਅੱਜ ਆਪਾਂ ਬਹੁਤ ਟਾਈਮ ਬਾਅਦ ਯੂਟਿਊਬ 'ਤੇ ਦੁਬਾਰਾ ਵਲੋਗਸ ਲੈ ਕੇ ਆਉਣ ਲੱਗੇ ਹਾਂ ਐਂਡ ਹੁਣ ਤੋਂ ਆਪਾਂ ਮੋਸਟਲੀ ਟਰੈਕਿੰਗ ਦੇ ਵਲੋਗਸ ਪਾਉਣੇ ਆ ਅਤੇ ਨਾਲ ਦੀ ਨਾਲ ਆਪਣੇ ਡੇਲੀ ਲਾਈਫ ਦੇ ਵੀ ਜ਼ਰੂਰ ਅਪਲੋਡ ਕਰੂੰਗਾ ਬਟ ਮੋਸਟਲੀ ਵਲੋਗਸ ਜਿਹੜੇ ਆਉਣਗੇ ਉਹ ਆਉਣਗੇ ਟਰੈਕਿੰਗ ਦੇ ਰਿਲੇਟਡ ਕੈਨੇਡਾ ਟੂ ਅਮੈਰੀਕਾ ਅਤੇ ਜਿੰਨੀਆਂ ਵੀ ਗੱਲਾਂ ਟਰੈਕਿੰਗ ਦੇ ਰਿਲੇਟਡ ਮੈਂ ਤੁਹਾਨੂੰ ਦੱਸ ਸਕਿਆ ਆਪਦੇ ਵੱਲੋਂ ਜੇ ਜੇ ਤੁਹਾਡਾ ਕੋਈ ਕੁਐਸਚਨ ਹੋਇਆ ਮੇਰੇ ਵੀਰ ਮਿੱਤਰ ਪਿਆਰੇ ਜਿਹੜੇ ਇੰਡੀਆ ਰਹਿੰਦੇ ਆ ਜਾਂ ਜਿਹੜੇ ਦੁਬਈ ਤੋਂ ਆ ਰਹੇ ਆ ਕਿਤੇ ਵੀ ਰਹਿੰਦੇ ਆ ਜਿਹੜੇ ਕੈਨੇਡਾ ਆ ਕੇ ਟਰੈਕਿੰਗ ਕਰਨ ਦੀ ਸੋਚ ਰਹੇ ਆ ਉਹ ਮੈਨੂੰ ਆਪਦੇ ਕਮੈਂਟ ਜ਼ਰੂਰ ਕਰਿਓ ਅਤੇ ਮੈਂ ਆਪਣੇ ਵੱਲੋਂ ਪੂਰੀ ਟਰਾਈ ਕਰੂੰਗਾ ਕਿ ਜੇ ਕੋਈ ਤੁਸੀਂ ਇਨਫੋਰਮੇਸ਼ਨ ਵੀ ਲੈਣੀ ਹੋਈ ਮੈਂ ਜ਼ਰੂਰ ਆਪਦੇ ਵੱਲੋਂ ਪੂਰੀ ਟਰਾਈ ਕਰੂੰਗਾ ਕਿ ਤੁਹਾਨੂੰ ਉਸ ਰਿਲੇਟਡ ਵਧੀਆ ਅਤੇ ਸਹੀ ਪ੍ਰੋਪਰ ਇਨਫੋਰਮੇਸ਼ਨ ਪ੍ਰੋਵਾਈਡ ਕਰਵਾਵਾਂ ਬਾਕੀ ਹੁਣ ਮੈਂ ਚੱਲਾ ਸੀ ਥੋੜ੍ਹਾ ਜਿਹਾ ਸਮਾਨ ਪਿੱਕ ਕਰਨ ਅਤੇ ਸ਼ਾਮ ਨੂੰ ਅੱਜ ਮੈਂ ਨਿਕਲਣਾ ਹੈ ਗੇੜੇ 'ਤੇ ਮੈਂ ਜਾਣਾ ਸਰੀ ਤੋਂ ਨਿਊ ਜਰਸੀ USA ਮੈਕਸੀਮਮ 6 ਕੁ ਦਿਨਾਂ ਦਾ ਗੇੜਾ ਹੋਊਗਾ ਆਪਣਾ ਅਤੇ ਆਪਣੀ 6 ਤਰੀਕ ਦੀ ਡਿਲੀਵਰੀ ਹੈ ਅੱਜ 3 ਤਰੀਕ ਹੋ ਗਈ ਅੱਜ ਅਸੀਂ ਨਿਕਲਣਾ ਹੈ ਸ਼ਾਮ ਨੂੰ ਜਿਵੇਂ ਜਿਵੇਂ ਚੱਲਦਾ ਰਿਹਾ ਸਫ਼ਰ ਉਸੇ ਤਰ੍ਹਾਂ ਤੁਹਾਡੇ ਨਾਲ ਹੋਰ ਬਹੁਤ ਗੱਲਾਂ ਸਾਂਝੀਆਂ ਕਰਾਂਗੇ ਆ ਜਾਓ ਮਿੱਤਰੋ ਸੋ ਲੋ ਵੀ ਮਿੱਤਰੋ ਸ਼ਾਮ ਦੇ 6:30 ਹੋ ਗਿਆ ਸਮਾਨ ਸਮੂਨ ਰੱਖ ਲਿਆ ਅਤੇ ਨਿਕਲੀਏ ਯਾਰਡ ਨੂੰ ਯਾਰਡ 'ਚੋਂ ਟਰੱਕ ਟ੍ਰੇਲਰ ਚੱਕ ਕੇ ਫਿਰ ਕਰਦੇ ਹਾਂ ਆਪਣਾ ਟ੍ਰਿਪ ਸ਼ੁਰੂ ਆ ਜਾਓ ਜੇ ਤੂੰ ਛੱਡ ਗਈ ਫਿਰ ਕਿਹੜਾ ਜਿਹੜਾ ਛੱਡਤਾ ਜੇ ਤੂੰ ਛੱਡ ਗਈ ਤਾਂ ਕਿਹੜਾ ਪਿੱਗ ਪੀੜਾ ਛੱਡਤਾ ਯਾਰਡ 'ਚ ਪਹੁੰਚ ਕੇ ਸਭ ਤੋਂ ਪਹਿਲਾਂ ਗੱਡੀ 'ਚੋਂ ਸਮਾਨ ਸਮੂਨ ਸਾਰਾ ਕੱਢਿਆ ਇੱਕ ਬੈਗ ਦੇ ਵਿੱਚ ਮੇਰੇ ਕੱਪੜੇ ਸੀ ਬਾਕੀ ਥੋੜ੍ਹੀ ਬਹੁਤੀ ਗਰੋਸਰੀ ਸੀ ਆ ਬੈੱਡਸ਼ੀਟ ਅਤੇ ਸਮਾਨ ਵਗੈਰਾ ਅਸੀਂ ਬੌਬਟੇਲ ਦੇ ਵਿੱਚ ਰੱਖ ਕੇ ਜਿਵੇਂ ਆਪਾਂ ਦੁਬਈ ਦੇ ਵਿੱਚ ਇਕੱਲੇ ਟਰੱਕ ਨੂੰ ਯੂਨਿਟ ਕਹਿ ਦਿੰਦੇ ਹਾਂ ਉਵੇਂ ਇਸੇ ਤਰ੍ਹਾਂ ਬੌਬਟੇਲ ਕਹਿੰਦੇ ਆ ਬੌਬਟੇਲ 'ਚ ਅਸੀਂ ਸਾਰਾ ਸਮਾਨ ਸਮੂਨ ਰੱਖ ਕੇ ਪ੍ਰੀ ਟ੍ਰਿਪ ਸ਼ੁਰੂ ਕਰਨੀ ਆ ਪ੍ਰੀ ਟ੍ਰਿਪ ਕਰਕੇ ਫਿਰ ਆਪਾਂ ਸੌਂ ਜਾਣਾ ਹੈ ਕਿਉਂਕਿ ਡਰਾਈਵ ਪਹਿਲੀ ਜਿਹੜੀ ਹੈਗੀ ਆ ਉਹ ਦੂਸਰੇ ਬਾਈ ਦੀ ਹੈ ਅਤੇ ਆਪਾਂ ਕਰਾਂਗੇ ਫਿਰ ਤੁਹਾਡੇ ਨਾਲ ਕੱਲ੍ਹ ਨੂੰ ਗੱਲਾਂ ਬਾਤਾਂ ਹੁਣ ਮੈਂ ਪ੍ਰੀ ਟ੍ਰਿਪ ਕਰਕੇ ਡਨ ਅਤੇ ਟ੍ਰੇਲਰ ਹੁੱਕ ਕਰਕੇ ਸੌਂ ਜਾਵਾਂ ਓਕੇ ਜੀ ਗੁੱਡ ਨਾਈਟ ਗੁੱਡ ਮਾਰਨਿੰਗ ਮਿੱਤਰੋ ਸਵੇਰ ਦੇ ਵੱਜ ਚੁੱਕੇ ਆ 2:30 ਚਾਹ ਬਣ ਰਹੀ ਹੈ ਅਤੇ ਇਹ ਤੋਂ ਬਾਅਦ ਹੁਣ ਫਿਰ ਮੇਰੀ ਸ਼ਿਫਟ ਸ਼ੁਰੂ ਹੈ ਕੱਲ੍ਹ ਸ਼ਾਮ ਸਮਾਨ ਵਗੈਰਾ ਰੱਖ ਕੇ ਪ੍ਰੀ ਟ੍ਰਿਪ ਕਰਕੇ ਅਤੇ ਮੈਂ ਟਰੱਕ ਜਾ ਕੇ ਸੌਂ ਗਿਆ ਸੀ ਬਾਈ ਲੈ ਆਇਆ ਮੁੜ ਕੇ ਅੱਗੇ ਤੱਕ ਹੁਣ ਇੱਥੋਂ ਮੇਰੀ ਟ੍ਰਿਪ ਮੇਰੀ ਸ਼ਿਫਟ ਸ਼ੁਰੂ ਹੈ ਅਤੇ ਪੰਪ 'ਤੇ ਖੜ੍ਹੇ ਹੋਏ ਹਾਂ ਇੱਥੋਂ ਫਿਊਲਿੰਗ ਵਗੈਰਾ ਵੀ ਕਰਵਾ ਲਈ ਹੈ ਆਪਣੀ 11 ਘੰਟਿਆਂ ਦੀ ਡਰਾਈਵ ਹੈ ਅਤੇ ਉਹ ਤੋਂ ਪਹਿਲਾਂ ਅਸੀਂ ਇੱਕ ਬ੍ਰੇਕ ਕੱਢਾਂਗੇ ਮੁੜ ਕੇ 11 ਘੰਟਿਆਂ ਦੀ ਟੋਟਲ ਡਰਾਈਵ ਹੈ ਸਾਡੀ ਅਤੇ ਇਹ ਡਰਾਈਵ ਕਰਕੇ ਫਿਰ ਤੁਹਾਨੂੰ ਰਾਹ ਦੇ ਵਿੱਚ ਅੱਗੇ ਮਿਲਾਂਗੇ ਇਹ ਟੱਕਰਿਆ ਸੀ ਜੀ ਸਾਨੂੰ ਰਾਹ ਦੇ ਵਿੱਚ ਰੈਸਟ ਏਰੀਆ ਮੈਂ ਵਾਸ਼ਰੂਮ ਵੀ ਜਾਣਾ ਸੀ ਇਸ ਕਰਕੇ ਮੈਂ ਇੱਥੇ ਰੁਕਿਆ ਇੱਥੇ ਵਿਊ ਵੀ ਸੋਹਣਾ ਸੀ ਅਤੇ ਹਵਾ ਵੀ ਬਹੁਤ ਸੋਹਣੀ ਚੱਲ ਰਹੀ ਸੀ 5 ਮਿੰਟ ਅਸੀਂ ਮੌਸਮ ਦਾ ਆਨੰਦ ਮਾਣ ਕੇ ਫਿਰ ਆਪਣੇ ਟ੍ਰਿਪ ਵਾਸਤੇ ਕੰਟੀਨਿਊ ਕਰਤਾ ਬਾਕੀ ਮੌਸਮ ਕਿਆ ਬਣਦਾ ਲਓ ਵੀ ਮਿੱਤਰੋ 11:45 ਹੋ ਗਏ ਅਤੇ ਆਪਾਂ ਥੋੜ੍ਹੀ ਦੇਰ ਬ੍ਰੇਕ ਲੈ ਲਈਏ ਉਰੇ ਫਰੈਸ਼ ਹੋ ਜਾਈਏ ਅਤੇ ਕੁਛ ਖਾ ਪੀ ਲਈਏ ਨਾਲੇ ਫਿਰ ਚੱਲਦੇ ਹਾਂ ਆਪਾਂ ਅਗਲੇ ਸਫ਼ਰ 'ਤੇ ਆਪਣੇ
ਆਪਣੀ ਚੱਲ ਰਹੀ ਆ ਬ੍ਰੇਕ, ਅਤੇ ਬ੍ਰੇਕ 'ਚ ਹੋਰ ਕੁਛ ਖਾਣ ਨੂੰ ਜੀ ਨਹੀਂ ਕੀਤਾ, ਇਸ ਕਰਕੇ ਆਪਾਂ ਅਨੈਸਟੀ ਦੀ ਲੈਮਨ ਵਾਲਾ ਫਲੇਵਰ ਆ ਜਿਹੜਾ ਇਹ ਪੀ ਕੇ ਹਟਿਆ ਮੈਂ ਹੁਣੇ। ਅਤੇ ਆ ਦੇਖੋ ਬਈ, ਆ ਆਪਣੀ ਬ੍ਰੇਕ ਹੋਈ ਨੂੰ 24 ਮਿੰਟ ਹੋ ਗਏ, ਅਤੇ ਜਦੋਂ ਇੱਥੇ ਅੱਧੇ ਘੰਟੇ ਦਾ ਟਾਈਮ ਹੋ ਗਿਆ, ਅਤੇ ਇੱਥੋਂ ਫਿਰ 8 ਘੰਟਿਆਂ ਦਾ ਟਾਈਮ ਪੀਰੀਅਡ ਜਿਹੜਾ ਟਾਈਮ ਸਰਕਲ ਹੈ ਉਹ ਫਿਰ ਮੁੜ ਆਊਗਾ, ਅਤੇ ਫਿਰ ਆਪਾਂ ਨੂੰ ਦੁਬਾਰਾ ਡਰਾਈਵ ਕਰਨ ਦਾ ਟਾਈਮ ਮਿਲ ਜੂਗਾ। ਐਂਡ ਇਹ ਆਪਾਂ ਇਹ ਚੀਜ਼ ਧਿਆਨ 'ਚ ਰੱਖਣੀ ਹੁੰਦੀ ਹੈ ਵੀ ਪਹਿਲੇ 8 ਘੰਟੇ ਦੇ ਵਿੱਚ ਜੇ ਤੁਸੀਂ ਅਮੈਰੀਕਾ 'ਚ ਡਰਾਈਵ ਕਰ ਰਹੇ ਹੋ ਤਾਂ ਪਹਿਲੇ 8 ਘੰਟੇ ਦੇ ਵਿੱਚ ਤੁਹਾਨੂੰ ਅੱਧੇ ਘੰਟੇ ਦੀ ਬ੍ਰੇਕ ਕੱਢਣੀ ਮੈਂਡੇਟਰੀ ਹੁੰਦੀ ਹੈ, ਅਤੇ ਜੇ ਤੁਸੀਂ ਉਹ ਨਹੀਂ ਕੱਢਦੇ ਤਾਂ ਤੁਹਾਡੀ ਬੁੱਕ 'ਤੇ ਵਾਇਲੇਸ਼ਨ ਆ ਸਕਦੀ ਹੈ। ਜਿੰਨੀ ਦੇਰ ਬਾਈ ਫਰੈਸ਼ ਹੋ ਰਹੀ ਹੈ ਉਦੋਂ ਤੱਕ ਆਪਾਂ ਕਰਦੇ ਹਾਂ ਚਾਹ ਪਾਣੀ ਦੀ ਤਿਆਰੀ, ਨਾਲ ਆਪਦੇ ਲਈ ਅਤੇ ਉਹਨਾਂ ਲਈ ਰੋਟੀ ਗਰਮ ਕਰਦਾ। ਅਤੇ ਆ ਜਾਓ ਬਾਈ ਕਰੀਏ ਅਤੇ ਖਾਈਏ ਫਿਰ ਸੌ ਜਾਈਏ। ਐਤਕੀ ਦਾ ਆਪਣਾ ਗੇੜਾ ਥੋੜ੍ਹਾ ਵੱਡਾ ਆ, ਇਸ ਕਰਕੇ ਅਸੀਂ ਰੋਟੀਆਂ ਵੀ ਵੱਧ ਲੈ ਕੇ ਆਏ ਹਾਂ ਅਤੇ ਸਬਜ਼ੀਆਂ ਵੀ ਵੱਧ ਲੈ ਕੇ ਆਏ ਹਾਂ। ਪਨੀਰ ਵੀ ਹੈਗਾ ਆ, ਸੈਲਡ ਵੀ ਹੈਗਾ ਆਪਣੇ ਕੋਲ, ਉਹ ਦਹੀਂ ਦੇ ਡੱਬੇ ਵੀ ਪਏ ਆ, ਇੱਧਰ ਦੁੱਧ ਦੀ ਕੈਨੀ ਪਈ ਆ। ਆਪਾਂ ਪਹਿਲਾਂ ਚਾਹ ਬਣਾ ਲਈਏ ਫਿਰ ਕਰਾਂਗੇ ਰੋਟੀ ਗਰਮ। ਇਹ ਆ ਜੀ ਸਾਡੀ ਛੋਟੀ ਜਿਹੀ ਰਸੋਈ, ਆ ਆਪਣੇ ਕੋਲ ਹੈਗੀਆਂ ਰੋਟੀਆਂ, ਆ ਸੈਲਡ, ਦਹੀਂ, ਕੜਾਹੀ ਪਨੀਰ, ਅਤੇ ਇੱਧਰ ਚਾਹ ਬਣ ਰਹੀ। ਬਾਕੀ ਜੇ ਤੁਸੀਂ ਵੀ ਖਾਣਾ ਚਾਹੁੰਦੇ ਹੋ ਤਾਂ ਜੀ ਸੱਦ ਕੇ ਆਓ, ਫਿਲਹਾਲ ਆਪਾਂ ਖਾ ਲਈਏ ਫਿਰ ਕਰਾਂਗੇ ਤੁਹਾਡੇ ਨਾਲ ਗੱਲਾਂ ਬਾਤਾਂ। ਰੋਟੀ ਪਾਣੀ ਛੱਕ ਕੇ ਮੈਂ ਹੋ ਗਿਆ ਵਿਹਲਾ ਅਤੇ ਹੁਣ ਮੈਂ ਲੱਗਾ ਸੌਣ। ਤੁਸੀਂ ਦੇਖ ਸਕਦੇ ਹੋ ਕਿ ਪੂਰੀ ਸ਼ਾਹੀ ਫੀਲਿੰਗ ਹੈ ਸੌਣ ਦੀ ਵੀ, ਕਿਤੇ ਬਿਜ਼ਨਸ ਕਲਾਸ ਨਾਲੋਂ ਘੱਟ ਥੋੜ੍ਹੀ ਹੈ ਸਾਡਾ ਟਰੱਕ ਵੀ। ਅਤੇ ਚੰਗਾ ਵੀ ਮਿੱਤਰੋ, ਗੁੱਡ ਨਾਈਟ, ਅਤੇ ਤੁਹਾਨੂੰ ਮਿਲਦੇ ਹਾਂ ਸਵੇਰ ਨੂੰ। ਹੈਲੋ ਜੀ, ਹੈਲੋ, ਕਿੱਦਾਂ ਹਾਲ ਚਾਲ? ਉਮੀਦ ਕਰਦਾ ਕਿ ਤੁਸੀਂ ਹੁਣ ਤੱਕ ਵਲੌਗ ਮੇਰਾ ਇੰਜੋਏ ਕਰਦੇ ਹੋਵੋਗੇ। ਅਤੇ ਅਸੀਂ ਸਵੇਰੇ ਉੱਠ ਕੇ ਚਾਹ ਪਾਣੀ ਬਣਾ ਲਿਆ ਅਤੇ ਕੋਲ ਆਪਦੇ ਨਮਕੀਨ, ਸੇਬ ਅਤੇ ਅਸੀਂ ਖਾਣ ਪੀਣ ਦਾ ਥੋੜ੍ਹਾ ਬਹੁਤਾ ਸਮਾਨ ਆਪਦੇ ਕੋਲ ਰੱਖ ਲਿਆ। ਅਤੇ ਹੁਣ ਅਸੀਂ ਨਿਕਲਣ ਲੱਗੇ ਹਾਂ ਅਗਲੇ ਸਫ਼ਰ ਵਾਸਤੇ ਬਾਹਰ। ਤੁਸੀਂ ਮੌਸਮ ਚੈੱਕ ਕਰੋ ਪਹਿਲਾਂ। ਲਓ ਵੀ ਮਿੱਤਰੋ, ਅਸੀਂ ਪਹੁੰਚੇ ਹਾਂ ਟਰੱਕ ਸਟੋਪ 'ਤੇ, ਅਤੇ ਰੈਸਟ ਏਰੀਆ ਬਣੇ ਹੁੰਦੇ ਆ ਹਾਈਵੇ ਦੇ ਉੱਤੇ। ਅਤੇ ਆ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਡਿਜ਼ਾਇਨ ਕੀਤੇ ਹੁੰਦੇ ਆ, ਕਈ ਤਾਂ ਕਈਆਂ ਦੇ ਵਿੱਚ ਸ਼ੋਪਸ ਵੀ ਹੁੰਦੀਆਂ ਅੱਡ ਅੱਡ, ਇਹਦੇ ਅੰਦਰ ਮੇ ਬੀ ਨਹੀਂ ਹੈਗੀਆਂ, ਦੇਖਣਾ ਪਊਗਾ ਅੰਦਰ ਜਾ ਕੇ। ਸ਼ੋਪਸ ਤਾਂ ਨਹੀਂ ਹੈ ਇੱਥੇ, ਸ਼ੋਪਸ ਤਾਂ ਨਹੀਂ ਹੈ ਉਰੇ, ਪਰ ਮਾਹੌਲ ਕਾਫੀ ਸੋਹਣਾ, ਬਹੁਤ ਕਲੀਨ ਸਾਰਾ ਕੁਛ, ਅਤੇ ਕਾਫੀ ਵਧੀਆ ਦੇਖਣ ਨੂੰ ਵੀ। ਆ ਬੰਦੇ ਨੇ ਜੇ ਉੱਦਾਂ ਵੀ ਥੋੜ੍ਹੀ ਦੇਰ ਇੱਥੇ ਬੈਠ ਕੇ ਆਪਣਾ ਲੰਚ ਵਗੈਰਾ ਕਰਨਾ ਹੈ, ਬ੍ਰੇਕਫਾਸਟ ਕਰਨਾ ਹੈ, ਇੱਥੇ ਕਰ ਸਕਦਾ ਈਜ਼ੀਲੀ ਬੈਠ ਕੇ। ਵਧੀਆ ਮਾਹੌਲ ਹੈ, ਸਾਰਾ ਕੁਛ ਸਾਫ਼ ਸੁਥਰਾ ਹੈ, ਅੰਦਰ ਵਧੀਆ ਵਾਸ਼ਰੂਮਸ ਹੈ, ਅੰਦਰ ਵੈਂਡਿੰਗ ਮਸ਼ੀਨਾਂ ਲੱਗੀਆਂ ਜੇ ਕਿਸੇ ਨੇ ਕੋਈ ਡਰਿੰਕ ਵਗੈਰਾ ਲੈਣੀ ਹੈ ਜਾਂ ਚਿਪਸ ਵਗੈਰਾ ਲੈਣੇ ਆ। ਵਧੀਆ ਘੈਂਟ ਆ ਸਾਰਾ ਕੁਛ। ਪਾਇਲਟ ਦਾ ਪੀਜ਼ਾ, ਅਤੇ ਸ਼ੀਸ਼ਾ ਬਾਹਲਾ ਗੰਦਾ ਹੋ ਗਿਆ, ਮੱਛਰ ਵੱਜ ਵੱਜ ਕੇ, ਅਤੇ ਕੋਈ ਨਹੀਂ ਆਪਾਂ ਇਹਨੂੰ ਜਾਣ ਲੱਗਿਆਂ ਤੁਰਨ ਲੱਗਿਆਂ ਕਰਾਂਗੇ ਸਾਫ਼।
ਨਾਲ ਆਪਣੇ ਕੋਲ ਹੈਗੀ ਆ ਵਿਰਕਾ ਦੀ ਆ ਗ੍ਰੀਨ ਚਟਨੀ, ਇਹਦੇ ਉੱਤੇ ਪਾ ਕੇ ਐਨ ਵਧੀਆ ਮਸਾਲਾ ਜਿਹਾ ਸਵਾਦ ਵਧੀਆ ਹੋ ਜਾਂਦਾ। ਨਾਲ ਆਪਣੇ ਕੋਲ ਹੈਗੀ ਆ ਨੈਸਟੀ, ਆਪਾਂ ਕੱਲ੍ਹ ਵੀ ਪੀਤੀ ਸੀ ਇਕੱਠੇ ਹੀ, ਆਪਾਂ ਕੇਸ ਜਿਹਾ ਚੱਕ ਲਿਆਉਂਦਾ ਹੋਇਆ, ਹੁਣ ਹੌਲੀ ਹੌਲੀ ਪੀਣੀਆਂ ਹੀ ਆਪਾਂ ਸਾਰੀਆਂ। ਬਾਕੀ ਮੌਸਮ ਦਾ ਤੁਹਾਨੂੰ ਪਤਾ ਹੀ ਹੈ, ਅਤੇ ਆ ਜਾਓ ਫਿਰ ਖਾਓ। ਲਓ ਵੀ ਮਿੱਤਰੋ 9 ਤਰੀਕ ਹੋ ਗਈ ਅੱਜ, ਓ ਸੋਰੀ ਲਓ ਵੀ ਮਿੱਤਰੋ 5 ਤਰੀਕ ਹੋ ਗਈ ਅੱਜ, ਅਤੇ ਅਸੀਂ 3 ਨੂੰ ਘਰੋਂ ਨਿਕਲੇ ਸੀ। ਈਵਨ 2.5 ਕੁ ਦਿਨ ਹੋ ਗਿਆ ਸਾਨੂੰ ਘਰੋਂ ਨਿਕਲਿਆਂ ਨੂੰ, ਅਤੇ ਕੱਲ੍ਹ ਸਵੇਰੇ ਯਾਨੀ ਕਿ 6 ਤਰੀਕ ਦੀ ਸਾਡੀ ਡਿਲੀਵਰੀ ਆ 8 ਵਜੇ ਦੀ, ਅਸੀਂ ਟਾਈਮ ਨਾਲ ਪਹੁੰਚ ਜਾਣਾ ਆ, ਪਹਿਲਾਂ ਹੀ ਪਹੁੰਚ ਜਾਣਾ ਅਸੀਂ ਲੋਕੇਸ਼ਨ 'ਤੇ, ਅਤੇ ਕੱਲ੍ਹ ਨੂੰ ਡਿਲੀਵਰੀ ਕਰਕੇ ਅਗਲੀ ਡਿਸਪੈਚ ਫਿਲਹਾਲ ਤਾਂ ਆਈ ਨਹੀਂ, ਕਿੱਥੋਂ ਪਿੱਕ ਕਰਨਾ ਆ ਕਿੱਥੋਂ ਨਹੀਂ ਹਾਲੇ ਕੋਈ ਆਈਡੀਆ ਨਹੀਂ ਸਾਨੂੰ, ਲਾਗੇ ਪਾਸਿਓ ਕਿਤੋਂ ਵੀ ਹੋਊਗਾ। ਅਤੇ ਆਈਡੀਆ ਇਹੀ ਆ ਵੀ 8 ਤਰੀਕ ਤੱਕ ਜਾਂ ਹੱਦ ਤੋਂ ਹੱਦ 9 ਤਰੀਕ ਤੱਕ ਅਸੀਂ ਵਾਪਸ ਸਰੀ ਪਹੁੰਚ ਜਾਂਗੇ। ਅਤੇ ਇਸ ਵੀਡੀਓ ਦੇ ਰਾਹੀਂ ਜਾਂ ਇਸ ਵਲੌਗ 'ਚੋਂ ਤੁਹਾਨੂੰ ਥੋੜ੍ਹਾ ਜਿਹਾ ਆਈਡੀਆ ਹੋ ਸਕਦਾ ਆ ਵੀ ਕਿਵੇਂ ਕੈਨੇਡਾ ਅਤੇ ਅਮੈਰੀਕਾ ਵਾਲੇ ਜਿਹੜੇ ਮੁੰਡੇ ਲੌਂਗ ਹੌਲ 'ਤੇ ਟਰੱਕ ਚਲਾਉਂਦੇ ਆ ਉਹਨਾਂ ਦੀ ਲਾਈਫ ਕਿਹੋ ਜਿਹੀ ਆ। ਹੁਣ ਮੇਰੀ ਸ਼ਿਫਟ ਖਤਮ ਹੋਈ ਸੀ ਅਤੇ ਮੈਂ ਫਰੈਸ਼ ਹੋ ਕੇ ਆਇਆ, ਐਂਡ ਹੁਣ ਆਪਾਂ ਲੰਚ ਕਰਾਂਗੇ, ਅਤੇ ਲੰਚ ਕਹਿ ਲਓ, ਬ੍ਰੇਕਫਾਸਟ ਕਹਿ ਲਓ, ਡਿਨਰ ਕਹਿ ਲਓ, ਕੁਛ ਵੀ ਕਹਿ ਲਓ, ਕਿਉਂਕਿ ਮੇਰੀ ਸ਼ਿਫਟ ਖਤਮ ਹੋਈ ਹੈ ਅਤੇ ਮੈਂ ਲੰਚ, ਮੇਰੇ ਵੱਲੋਂ ਲੰਚ ਹੋਊਗਾ ਇੱਕ ਤਰ੍ਹਾਂ, ਅਤੇ ਬਾਈ ਦੀ ਸ਼ਿਫਟ ਸ਼ੁਰੂ ਹੋਣੀ ਹੈ, ਬਾਈ ਦਾ ਡਿਨਰ, ਬਾਈ ਦਾ ਬ੍ਰੇਕਫਾਸਟ ਹੋਊਗਾ। ਲਓ ਵੀ ਬਾਬਿਓ, ਮੁੰਡੇ ਨਿਊ ਜਰਸੀ ਪਹੁੰਚ ਗਿਆ ਅਤੇ ਅਸੀਂ ਆਪਣੇ ਪੇਪਰ ਸਬਮਿਟ ਕਰਾ ਦਿੱਤੇ ਆ ਵੇਅਰ ਹਾਊਸ ਦੇ ਅੰਦਰ। ਉਹ ਕਹਿੰਦੇ ਵੀ ਅਸੀਂ ਕਾਲ ਕਰਾਂਗੇ ਥੋੜ੍ਹੀ ਦੇਰ ਤੱਕ ਤੁਹਾਨੂੰ ਵੀ, ਜਦੋਂ ਕਾਲ ਕੀਤੀ ਉਦੋਂ ਡੌਕ 'ਤੇ ਬੈਕ ਕਰਕੇ ਟਰੱਕ ਆਪਣਾ ਲਗਾ ਦਿਓ ਅਤੇ ਅਸੀਂ ਖਾਲੀ ਕਰ ਦੇਵਾਂਗੇ। ਨਹਾਉਂਦੇ ਸੈਟ ਜਸ ਕਮ ਆਫਟਰ 8:30 ਕਿਆ ਬਾਈ ਜਿਹੜਾ ਪਿੱਛੇ ਮੈਂ ਮੇਰੇ ਨਾਲ ਗੱਲ ਕਰ ਰਿਹਾ ਸੀ ਕਿ ਕਹਿੰਦਾ ਵੀ ਤੂੰ ਇੰਡੀਆ ਤੋਂ ਨਹੀਂ ਲੱਗਦਾ ਮੈਨੂੰ, ਮੈਂ ਕਿਉਂ ਕਹਿੰਦਾ ਕਿਉਂਕਿ ਬਾਈ ਜਿਹੜਾ ਮੇਰੇ ਨਾਲ ਪਿੱਛੇ ਹੁਣੇ ਗੱਲ ਕਰ ਰਹੇ ਸੀ, ਇਹ ਬਾਈ ਪਹਿਲਾਂ ਵੀ ਮੇਰੇ ਕੋਲ ਹੋ ਕੇ ਗਿਆ ਅਤੇ ਕੰਪਨੀ ਦਾ ਨਾਮ ਪੜ੍ਹ ਕੇ ਕਹਿੰਦਾ ਵੀ ਇਹ ਪਾਕਿਸਤਾਨ ਦੀ ਕੰਪਨੀ ਆ, ਮੈਂ ਕਿਹਾ ਨਹੀਂ ਵੀ ਇੰਡੀਆ ਦੀ ਹੈ, ਕਹਿੰਦਾ ਤੂੰ ਕਿੱਥੋਂ ਦਾ, ਮੈਂ ਕਿਹਾ ਵੀ ਮੈਂ ਵੀ ਇੰਡੀਆ ਦਾ ਹੀ ਹਾਂ, ਕਹਿੰਦਾ ਬਟ ਤੂੰ ਲੱਗਦਾ ਨਹੀਂ ਇੰਡੀਆ ਤੋਂ ਕਿਉਂਕਿ ਕਹਿੰਦਾ ਇੰਡੀਆ ਵਾਲਿਆਂ ਦੀ ਸਕਿੰਨ ਬਲੈਕ ਹੁੰਦੀ ਆ ਜਿਵੇਂ ਸਾਡੀ ਆ, ਬਟ ਕਹਿੰਦਾ ਤੂੰ ਇੰਡੀਆ ਤੋਂ ਨਹੀਂ, ਮੈਂ ਕਿਹਾ ਨਹੀਂ ਮੈਂ ਇੰਡੀਆ ਤੋਂ ਹੀ ਹਾਂ, ਕਹਿੰਦਾ ਨਹੀਂ ਵੀ ਤੂੰ ਝੂਠ ਬੋਲਦਾ ਵੀ ਤੂੰ ਇੰਡੀਆ ਤੋਂ ਨਹੀਂ ਹੈਗਾ। ਫਿਰ ਮੈਨੂੰ ਆਪਦੀ ਆਈਡੈਂਟੀਟੀ ਦਿਖਾਈ, ਮੇਰੇ ਕੋਲ ਇੰਡੀਆ ਦਾ ਆਧਾਰ ਕਾਰਡ ਪਿਆ ਹੋਇਆ ਸੀ ਫੋਨ ਦੇ ਵਿੱਚ ਵਾਲਟ ਦੇ ਵਿੱਚ, ਅਤੇ ਉਹ ਦਿਖਾਇਆ ਫਿਰ ਮੰਨਿਆ। ਲਓ ਬਈ ਆਪਣਾ ਟਰੱਕ ਅਨਲੋਡ ਹੋਣਾ ਸ਼ੁਰੂ ਹੋ ਗਿਆ, ਜਗ੍ਹਾ ਥੋੜ੍ਹੀ ਕਸੂਤੀ ਜਿਹੀ ਸੀ ਇਸ ਕਰਕੇ ਮੇਰੇ ਤੋਂ ਬੈਗ ਲੱਗਾ ਨਹੀਂ। ਫਿਰ ਮੈਂ ਆਪਦੇ ਨਾਲ ਦੇ ਬਾਈ ਨੂੰ ਉਠਾਇਆ, ਉਹਨਾਂ ਨੇ ਉੱਠ ਕੇ ਬੈਗ ਲਾਇਆ ਹੁਣੇ, ਅਤੇ ਆਪਾਂ ਉਹ ਐਡੀ ਨੇੜੇ ਤੋਂ ਬੈਗ ਕਰਦਾ ਪਿਆ ਮੇਰੇ ਟਰੱਕ ਤੋਂ, ਅਤੇ ਮੈਨੂੰ ਇਹੀ ਡਰ ਲੱਗਿਆ ਵੀ ਇਹ ਨਾਲ ਨਾ ਲਗਾ ਦੇਵੇ, ਕਿਉਂਕਿ ਤੁਸੀਂ ਦੇਖੋ ਜਮਾਂ ਹੀ ਮੇਰੇ ਲਾਗਿਓ ਕੱਢਦਾ ਪਿਆ ਟਰੱਕ, ਇਹ ਦੇਖੋ ਬਹੁਤ ਥੋੜ੍ਹੀ ਜਿਹੀ ਜਗ੍ਹਾ ਹੈ, ਐਕਸਪੀਰੀਅੰਸ ਹੈ ਭਾਈ ਜੇ ਕਾਕਾ ਨਾਲ ਲੱਗ ਗਿਆ ਨਾ ਫਿਰ ਦੇਖ ਲਈ, ਮੈਂ ਵੀਡੀਓ ਉਹ ਨਹੀਂ ਰੱਖੀ ਬਈ। ਲਓ ਵੀ ਸੋਹਣਿਓ, ਡਿਲੀਵਰੀ ਕਰਕੇ ਅਸੀਂ ਹੋ ਗਏ ਵਿਹਲੇ, ਅਤੇ ਹੁਣ ਚੱਕਣ ਚੱਲਿਆ ਅਸੀਂ ਆਪਣਾ ਅਗਲਾ ਲੋਡ। ਅਤੇ GPS ਦੇ ਵਿੱਚ ਮੈਨੂੰ ਇੱਕ ਲੋਕੇਸ਼ਨ ਦਿਖਾ ਰਿਹਾ ਸੀ, ਇਹ ਨਿਊ ਜਰਸੀ TPKE, ਮੇ ਬੀ ਇਹਦਾ ਮਤਲਬ ਹੋਊਗਾ ਕਿ ਨਿਊ ਜਰਸੀ ਟੱਪ ਕੇ ਭਾਈ ਤੁਹਾਡਾ ਅਗਲਾ ਲੋਡ ਆ ਖੜ੍ਹਾ ਹੋਇਆ। ਬਾਕੀ ਅਗਲੇ ਲੋਡ ਦੀ ਵੀਡੀਓ ਜਾਂ ਪੈਨਸਿਲਵੀਨੀਆ ਟੂ ਸਰੀ ਦਾ ਵਲੌਗ ਜਿਹੜਾ ਹੋਊਗਾ ਉਹ ਇਹ ਤੋਂ ਅਗਲਾ ਹੋਊਗਾ, ਫਿਲਹਾਲ ਤੁਸੀਂ ਇੱਥੇ ਤੱਕ ਇੰਜੋਏ ਕਰੋ।
ਇਹ ਸੀ ਸਾਡਾ ਅੱਜ ਦਾ ਵਲੌਗ। ਉਮੀਦ ਕਰਦਾ ਤੁਹਾਨੂੰ ਸਾਰਿਆਂ ਨੂੰ ਵਲੌਗ ਵਧੀਆ ਲੱਗਿਆ ਹੋ, ਤੇ ਜੇ ਤੁਹਾਨੂੰ ਕੁਛ ਲੱਗਦਾ ਕਿ ਮੈਂ ਵਲੌਗ ਦੇ ਵਿੱਚ ਕੁਛ ਹੋਰ ਐਡ ਆਨ ਕਰ ਸਕਦਾ ਜਾਂ ਕੁਛ ਤੁਸੀਂ ਆਪਦੀਆਂ ਸੁਜੈਸ਼ਨਸ ਦੇਣਾ ਚਾਹੁੰਦੇ ਹੋ ਤਾਂ ਪਲੀਜ਼ ਮੈਨੂੰ ਆਪਦੇ ਕਮੈਂਟ ਜ਼ਰੂਰ ਕਰਕੇ ਦੱਸਿਓ ਜਾਂ ਮੈਨੂੰ ਪਰਸਨਲੀ ਮੈਸੇਜ ਕਰ ਲਿਓ। ਮੈਂ ਜ਼ਰੂਰ ਟਰਾਈ ਕਰੂੰਗਾ ਕਿ ਜਿੰਨਾ ਵਧੀਆ ਹੋ ਸਕੇ ਵਲੌਗ ਨੂੰ ਉਨਾ ਵਧੀਆ ਲੈ ਕੇ ਆਵਾਂ, ਕਿਉਂਕਿ ਬਹੁਤ ਟਾਈਮ ਬਾਅਦ ਦੁਬਾਰਾ ਮੈਂ ਵਲੌਗਿੰਗ ਸ਼ੁਰੂ ਕੀਤੀ ਹੈ। ਮੈਨੂੰ ਪਤਾ ਕਿ ਬਹੁਤ ਗਲਤੀਆਂ ਵੀ ਹੋਣਗੀਆਂ ਮੇਰੇ ਵਲੌਗ ਦੇ ਵਿੱਚ। ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਮਿਲਦੇ ਹਾਂ ਆਪਾਂ ਨੈਕਸਟ ਵਲੌਗ ਦੇ ਵਿੱਚ। ਜ਼ਿੰਦਾਬਾਦ।